ਪਿਆਰੇ ਬੱਚਿਆਂ ਨਾਲ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹੂੰਗਾ। ਬੱਚਿਓ, ਜਿਸ ਵੇਲੇ ਅਸੀਂ ਵੀ ਛੋਟੇ ਸੀਗੇ, ਨਹਿਰੂ ਜੀ ਤੇ ਐਸੇ ਲਿਖੀ ਦਾ ਸੀ। ਉਦੋਂ ਸਕੂਲ 'ਚ ਬਹੁਤ ਥੋੜ੍ਹਾ ਪਤਾ ਸੀ ਕਿ ਜਵਾਹਰ ਲਾਲ ਨਹਿਰੂ ਜੀ ਕੀ ਚੀਜ਼ ਨੇ, ਕੀ ਗੱਲ ਹੈ। ਸਿਰਫ ਚਾਚਾ ਨਹਿਰੂ ਦੇ ਨਾਲ ਨਾਲ ਬੱਚੇ ਸਾਰੇ ਅਸੀਂ ਲੋਕ ਯਾਦ ਕਰਦੇ ਸੀ। ਥੋੜ੍ਹੇ ਜਿਹੇ ਵੱਡੇ ਹੋਏ, ਕਾਲਜ ਗਏ, ਪੋਲੀਟੀਕਲ ਸਾਇੰਸ ਦਾ ਸਬਜੈਕਟ ਲਿਆ, ਤਾਂ ਬਹੁਤ ਕੁਛ ਸਮਝ ਆਉਣਾ ਸ਼ੁਰੂ ਹੋਇਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਹਿੰਦੁਸਤਾਨ ਵਾਸਤੇ ਕੀ ਨੇ। ਉਸ ਤੋਂ ਬਾਅਦ ਰਾਜਨੀਤੀ 'ਚ ਕਦਮ ਰੱਖਿਆ ਬਹੁਤ। ਜਿਹੜਾ ਕੈਨਵਸ ਸੀਗਾ, ਸਾਰਾ ਕੁਛ ਦੇਖਣ ਦਾ, ਸੋਚਣ ਦਾ ਬੜਾ ਲਾਰਜ ਹੋ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਇਤਿਹਾਸ ਮੈਂ ਸਮਝਦਾ ਕਿ ਬਹੁਤ ਹਿੰਦੁਸਤਾਨ ਲਈ ਬਹੁਤ ਵੱਡੀ ਗੱਲ ਹੈ। ਵਰਲਡ ਦੇ ਵਿੱਚ ਦੋ ਲਾਰਜੈਸਟ ਡੈਮੋਕ੍ਰੇਸੀਜ਼ ਨੇ, ਲਾਰਜੈਸਟ ਮਾਡਰਨ ਡੈਮੋਕ੍ਰੇਸੀਜ਼, ਇੱਕ ਅਮੈਰੀਕਾ ਅਤੇ ਇੱਕ ਇੰਡੀਆ। ਇਹ ਜਿਹੜੀ ਡੈਮੋਕ੍ਰੇਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਦੇਣ ਹੈ। ਐਡੀ ਬੜੀ, ਐਡਾ ਬੜਾ ਮੁੱਲ। 1947 ਦੀ ਰਾਤ ਨੂੰ ਦੋ ਮੁਲਕ ਆਜ਼ਾਦ ਹੋਏ, ਪਾਕਿਸਤਾਨ ਔਰ ਇੰਡੀਆ। ਪਾਕਿਸਤਾਨ ਦੇ ਲੋਕ ਅੱਜ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਕਾਸ਼ ਸਾਡੇ ਕੋਲ ਵੀ ਕੋਈ ਜਵਾਹਰ ਲਾਲ ਨਹਿਰੂ ਹੁੰਦਾ, ਤਾਂ ਕਿ ਜਿਹੜਾ ਕਦੇ ਆਰਮੀ ਦਾ ਰੂਲ ਹੋ ਜਾਂਦਾ, ਕਦੇ ਡਿਕਟੇਟਰਸ਼ਿਪ ਆ ਜਾਂਦੀ ਹੈ। ਮਤਲਬ ਇੱਕ ਤਾਂ ਤੇ ਉਹ ਲੋਕ, ਮੈਂ ਜ਼ਿਆਦਾ ਨਹੀਂ ਇਸ ਗੱਲ 'ਤੇ ਪੁਆਇੰਟ ਕਰਨਾ ਚਾਹੁੰਦਾ, ਤਾਂ ਉਹ ਪਾਕਿਸਤਾਨੀ ਖੁਸ਼ ਨਹੀਂ ਹੈਗੇ ਇਸ ਗੱਲ ਨਾਲ ਕਿ ਉਹਨਾਂ ਦੀ ਜੋ ਇਤਿਹਾਸ ਉਹਨਾਂ ਦਾ ਬਣਦਾ ਜਾ ਰਿਹਾ, ਜੋ ਇਤਿਹਾਸ ਹੈ ਉਹਦੇ 'ਚ ਰੂਲ ਬਾਈ ਦੀ ਆਰਮੀ ਆਫਿਸਰ ਇਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਦੇਣ ਹੈ। ਔਰ ਅੱਜ ਦਾ ਦੇਸ਼ ਆਪਣਾ ਬਹੁਤ ਬਹੁਤ ਗੱਲਾਂ ਪਿਛਲੇ ਸਾਲਾਂ ਤੋਂ ਨਹਿਰੂ ਜੀ ਬਾਰੇ ਗੱਲਾਂ ਆ ਰਹੀਆਂ ਨੇ, ਪਰ ਪਿਛਲੇ ਜੇ ਆਪਾਂ ਦੇਖੀਏ ਤਾਂ ਸੈਲਫ ਰਿਲਾਇੰਟ ਮੁਲਕ ਆਪਣਾ, ਸਾਨੂੰ ਬਾਹਰ ਕੁਛ ਨਹੀਂ ਸੀ ਮੰਗਣਾ ਪੈਂਦਾ। ਫਿਰ ਪਹਿਲੇ 15-20 ਸਾਲ ਜਿਹੜਾ ਨਹਿਰੂ ਜੀ ਦਾ ਪ੍ਰਾਈਮ ਮਿਨਿਸਟਰਸ਼ਿਪ ਦਾ ਪੀਰੀਅਡ ਰਿਹਾ, ਉਦੋਂ ਕੀ ਕੁਛ ਨਹੀਂ ਹੋਇਆ। ਉਦੋਂ ਦੇਸ਼ ਦੀ ਜਿਹੜੀ ਨੀਂਹ ਪੱਥਰ ਰੱਖੀ ਗਈ, ਅੱਜ ਜਿਹੜੀ ਇਮਾਰਤ ਦੇਸ਼ ਦੀ ਖੜੀ ਆ, ਉਸ ਐਡੀ ਮਜ਼ਬੂਤ ਨੀਂਹ ਪੱਥਰ 'ਤੇ ਖੜੀ ਹੈ। ਜਿਹੜਾ 5 ਸਾਲਾ ਪਲਾਨ ਆਏ ਸਾਡੇ, 5 ਈਅਰਸ ਪਲਾਨ, ਕਿੰਨੇ ਸਟੀਲ ਪਲਾਂਟ ਉਹਨਾਂ ਪਲਾਨਾਂ 'ਚ ਲੱਗੇ, ਰੁੜਕੇਲਾ ਬਲਾਈ, ਕਿੰਨੇ ਸਟੀਲ ਪਲਾਂਟ ਲੱਗੇ, ਕੀ ਕੁਛ ਹੋਇਆ। ਸ਼ਤਰੰਜਨ ਲੋਕੋਮੋਟਿਵ ਬੱਚਿਓ, ਅੱਜ ਜਿਹੜਾ ਡੀਜ਼ਲ ਦਾ ਇੰਜਨ ਚੱਲਦਾ, ਅਸੀਂ ਸਾਡੇ ਦੇਸ਼ ਨੇ ਇਸ ਤੋਂ 40 ਸਾਲ ਪਹਿਲਾਂ ਬਣਾਉਣਾ ਸ਼ੁਰੂ ਕਰਤਾ ਸੀ, ਜਦੋਂ ਕਿ ਉਦੋਂ ਪਾਕਿਸਤਾਨ 'ਚ ਸੂਈ ਨਹੀਂ ਸੀ ਬਣਦੀ। ਇੱਕੋ ਰਾਤ ਨੂੰ ਆਜ਼ਾਦ ਹੋਏ ਦੇਸ਼, ਪਾਕਿਸਤਾਨ ਸੂਈ ਨਹੀਂ ਸੀ ਬਣਦੀ। ਅਸੀਂ ਹਿੰਦੁਸਤਾਨ ਐਰੋਨੋਟਿਕਸ ਲਿਮਿਟਡ ਜਿਹੜੀ ਹੈ, ਆਪਣੇ ਜਹਾਜ਼ ਬਣਾਉਣ ਵਾਲੀ ਫੈਕਟਰੀ ਲਾ ਦਿੱਤੀ, ਅਸੀਂ ਇੰਜਨ ਬਣਨ ਲੱਗ ਗਏ, ਸਟੀਲ ਬਣਦਾ ਸੀਗਾ। ਇਹ ਪੰਡਿਤ ਜਵਾਹਰ ਲਾਲ ਨਹਿਰੂ ਦੀ ਦੇਣ ਹੈ ਕਿ ਸਾਡਾ ਮੁਲਕ ਜਿਹੜਾ ਆਤਮ ਨਿਰਭਰ ਹੋਇਆ, ਅਸੀਂ ਬਾਹਰਲੇ ਮੁਲਕਾਂ 'ਤੇ ਡਿਪੈਂਡੈਂਟ ਨਹੀਂ ਰਹੇ, ਨਿਰਭਰ ਨਹੀਂ ਰਹੇ। ਇਹ ਦੇਣ ਸੀਗੀ ਪੰਡਿਤ ਜਵਾਹਰ ਲਾਲ ਨਹਿਰੂ। ਔਰ ਸਾਡੇ ਪੰਜਾਬ ਲਈ ਤਾਂ ਕਿੱਡੀ ਵੱਡੀ ਗੱਲ ਹੈ, ਭਾਖੜਾ ਕਿੱਡਾ ਵੱਡਾ ਵਿਜ਼ਨ ਸੀ ਉਹਨਾਂ ਦਾ, ਭਾਖੜਾ ਪ੍ਰੋਜੈਕਟ ਲੈ ਕੇ ਆਉਣਾ, ਬਿਜਲੀ ਲਿਆਉਂਦੀ। ਕਿਸ ਵੇਲੇ ਜਦੋਂ ਸਾਰਾ ਪੰਜਾਬ ਉਸ ਵੇਲੇ ਹਨੇਰੇ ਸੀ, ਸਾਰਾ ਨਾਰਥਰਨ ਇੰਡੀਆ ਹਨੇਰੇ 'ਚ ਰਹਿੰਦਾ ਸੀਗਾ, ਇਹ ਪੰਡਿਤ ਜਵਾਹਰ ਲਾਲ ਨਹਿਰੂ ਦਾ ਵਿਜ਼ਨ ਸੀ, ਇਹ ਉਸ ਸ਼ਖਸੀਅਤ ਦਾ ਵਿਜ਼ਨ ਸੀ ਕਿ ਇੱਥੇ ਬਿਜਲੀ ਹੋਣੀ ਚਾਹੀਦੀ, ਆਪਣੀ ਬਿਜਲੀ ਹੋਣੀ ਚਾਹੀਦੀ ਹੈ। PGI ਲਿਆਉਂਦਾ, AIIMS ਲਿਆਉਂਦੇ, ਕੀ ਕੁਛ ਨਹੀਂ, IITs ਲਿਆਉਂਦੇ। ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਰੈਲੇਵੈਂਸ ਜਿਹੜੀ ਹੈ ਹਿੰਦੁਸਤਾਨ ਦੇ ਇਤਿਹਾਸ 'ਚੋਂ, ਕੋਈ ਵੀ ਕੋਈ ਕੁਛ ਆ ਜਾਣ, ਕੋਈ ਲੋਕ ਆ ਜਾਣ, ਕੋਈ ਵਿਚਾਰਧਾਰਾ ਉਲਟਦੇ ਆ ਜਾਣ, ਪਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਰੈਲੇਵੈਂਸ ਨਹੀਂ ਖਤਮ ਕਰ ਸਕਦੇ। ਸੋ ਇਹ ਸੀ ਦੇਣ ਉਹਨਾਂ ਦੀ, ਪੰਡਿਤ ਜੀ ਦੀ, ਆਪਣੇ ਦੇਸ਼ ਨੂੰ ਬਚਿਓ। ਔਰ ਬੱਚੇ ਅੱਜ ਬੜੇ ਪਾਪੂਲਰ ਸੀਗੇ, ਚਾਚਾ ਨਹਿਰੂ ਨੇ ਜਿਸ ਵੇਲੇ 14 ਨਵੰਬਰ ਆਉਣਾ, ਬੱਚਿਆਂ ਦਾ ਬੜਾ, ਮੈਂ ਬਹੁਤ ਆਪਣੇ ਦਿਲੋਂ ਧੰਨਵਾਦ ਕਰਦਾ ਰਕੇਸ਼ ਭਾਰਤੀ ਬੇਕਰ ਜੀ ਦਾ ਕਿ ਉਹਨਾਂ ਨੇ ਅੱਜ ਐਡੇ ਬੜੇ ਉੱਚੇ ਪੱਧਰ ਦੇ ਆਪਣੇ ਪ੍ਰੋਗਰਾਮ ਦੇ ਨਾਲ ਮੈਨੂੰ ਜੋੜਿਆ। ਮੈਂ ਗ੍ਰੇਟਫੁਲ ਹਾਂ ਉਹਨਾਂ ਦਾ, ਕਿਉਂਕਿ ਐਡੀਆਂ ਮਹਾਨ ਸ਼ਖਸੀਅਤਾਂ ਨੂੰ ਆਨਰ ਕੀਤਾ, ਉਹਨਾਂ ਨੂੰ ਆਨਰ ਕਰਨ 'ਚ ਮੈਂ ਆਪਣਾ ਆਨਰ ਮਹਿਸੂਸ ਕਰ ਰਿਹਾ ਨਾਲ ਨਾਲ, ਕਿ ਮੈਨੂੰ ਕਿੱਡੀ ਬੜੀ ਮੈਂ ਸ਼ਖਸੀਅਤਾਂ ਨੂੰ ਆਨਰ ਕਰ ਰਿਹਾ। ਮੈਨੂੰ ਬੜਾ ਅੱਛਾ ਲੱਗਿਆ ਜਾ ਕੇ ਤੁਹਾਡੇ ਬੱਚਿਆਂ 'ਚ, ਸਾਰਿਆਂ ਨੂੰ ਮਿਲ ਕੇ ਬੜਾ ਅੱਛਾ ਲੱਗਿਆ। ਔਰ ਬੜੀ ਖੁਸ਼ੀ ਹੈ ਮੈਨੂੰ ਇਸ ਗੱਲ ਦੀ ਕਿ ਸਾਡੇ ਬੱਚਿਆਂ ਨੇ ਇਨਾਮ ਲੈਣੇ ਨੇ, ਬੱਚਿਆਂ ਨੇ ਨਾਮ ਲੈ ਕੇ ਦੂਜੇ ਬੱਚਿਆਂ ਨੂੰ ਇੰਸਪਾਇਰ ਕਰਨਾ,
ਕਿ ਅਸੀਂ ਕਿੰਨਾ ਹੋਰ ਕੰਮ ਅੱਗੇ ਕਰ ਸਕਦੇ, ਬੱਚੇ ਕਿੰਨਾ ਪੜ੍ਹ ਕੇ ਅੱਛਾ ਸ਼ੈਂਕ ਕਰ ਸਕਦੇ। ਤੁਸੀਂ ਜਿਸ ਵੇਲੇ ਵੱਡੇ ਹੋ ਗਏ ਬੇਟਾ, ਬੱਚਿਆਂ ਨੇ ਆਪਣਾ ਦੁਨਿਆਵੀ ਰੋਲ 'ਚ ਜਦ ਕਦਮ ਰੱਖਣਾ, ਇੱਕ ਥ੍ਰੈਸ਼ਹੋਲਡ ਐਸਾ ਪਾਰ ਕਰਕੇ ਕਦਮ ਰੱਖਣਾ, ਉਸ ਵੇਲੇ ਨੂੰ ਤੁਸੀਂ ਮਜ਼ਬੂਤ ਹੋਵੋ, ਸਸ਼ਕਤ ਹੋਵੋ। ਤੁਸੀਂ ਉਸ ਵੇਲੇ ਨੂੰ ਇੰਨੇ ਸਸ਼ਕਤ ਹੋਵੋ, ਉਹ ਕਿਵੇਂ ਹੋਣਗੇ ਸਸ਼ਕਤ? ਕੰਪੀਟੀਸ਼ਨ ਦਾ ਯੁੱਗ ਹੈ, ਇਸ ਕੰਪੀਟੀਟਿਵ ਯੁੱਗ ਦੇ ਵਿੱਚ ਜੇ ਸਸ਼ਕਤ ਹੋਵੋਗੇ ਤਾਂ ਬੜੀ ਅੱਛੀ ਤਰ੍ਹਾਂ ਤੁਸੀਂ ਪਾਰਟੀਸਪੇਟ ਕਰ ਸਕੋਗੇ, ਅੱਛੀ ਤਰ੍ਹਾਂ ਸਰਵਾਈਵਲ ਹੋਏਗਾ, ਅੱਛੀ ਅਨਰਜ ਦੀ ਜ਼ਿੰਦਗੀ, ਕੰਮ ਕਰਨ ਵਾਲੀ ਜ਼ਿੰਦਗੀ ਬਤੀਤ ਕਰੋਗੇ ਬੱਚਿਓ। ਇਸ ਕੰਪੀਟੀਸ਼ਨ ਵਿੱਚ ਮੈਂ ਮਹਿਸੂਸ ਕਰਦਾ ਕਿ ਜਿਹੜੇ ਟੀਚਰਸ ਤੁਹਾਡੇ ਇੰਨਾ ਅੱਛਾ ਐਜੂਕੇਸ਼ਨ ਦੇ ਰਹੇ ਨੇ, ਉਹ ਤੁਹਾਨੂੰ ਤਿਆਰ ਕਰ ਰਹੇ ਨੇ ਕਿ ਤੁਸੀਂ ਜਦ ਨਵੀਂ ਜ਼ਿੰਦਗੀ 'ਚ ਪ੍ਰਵੇਸ਼ ਕਰਨਾ, ਉਸ ਵੇਲੇ ਤੁਸੀਂ ਬਹੁਤ ਮਜ਼ਬੂਤੀ ਨਾਲ, ਬਹੁਤ ਤਕੜੇ ਹੋ ਕੇ ਤੁਸੀਂ ਅਸੀਂ ਅੱਗੇ ਆਪਣੀ ਉਸ ਨਵੀਂ ਜ਼ਿੰਦਗੀ 'ਚ ਪ੍ਰਵੇਸ਼ ਕਰਨਾ। ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ, ਮੈਨੂੰ ਰਕੇਸ਼ ਭਾਰਤੀ ਜੀ ਦੱਸ ਰਹੇ ਸੀਗੇ ਕਿ ਇਹਨਾਂ ਦੀ ਜਿਹੜੀ ਟਰੱਸਟ ਹੈ, ਕਿੰਨੇ 90 ਸਕੂਲ ਪੰਜਾਬ 'ਚ ਜਿੱਥੇ ਸਭ ਕੁਛ ਫ੍ਰੀ ਹੈ, ਔਰ ਟੋਟਲ 200 ਸਕੂਲ ਔਰ 2 ਲੱਖ ਬੱਚਿਆਂ ਨੂੰ ਕਿੰਨੀ ਜਿਹੜੀ ਐਜੂਕੇਸ਼ਨ ਦੇ ਰਹੇ ਨੇ, ਕਿੰਨਾ ਕੰਟਰੀਬਿਊਟ ਸੋਸਾਇਟੀ ਦੇ ਵਿੱਚ ਕਰ ਰਹੇ ਨੇ ਕਿ ਬੱਚਿਆਂ ਦੀ ਫ੍ਰੀ ਐਜੂਕੇਸ਼ਨ ਔਰ ਬੱਚਿਆਂ ਦੀ ਪੜ੍ਹਾਈ ਫ੍ਰੀ ਹੋਵੇ, ਇੱਕ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਸੋਚ ਹੈ। ਇਹ ਸੋਚ ਸੀਗੀ ਸਵਰਗੀ ਸਭਾ ਨਤਨ ਹੋਣਾ ਦੀ, ਇਹ ਸੋਚ ਇਹਨਾਂ ਨੂੰ ਜਿਹੜੀ ਵਿਰਾਸਤ 'ਚ ਮਿਲੀ ਹੈ, ਇਹ ਇੱਕ ਬਹੁਤ ਮੈਂ ਸਮਝਦਾ ਦੂਰਦਰਸ਼ੀ ਇੱਕ ਸੱਜਣ ਸੀਗੇ ਨਤਨ ਸਾਹਿਬ, ਇਹ ਉਹਨਾਂ ਦੀ ਸੋਚ ਹੈ। ਬੜਾ ਅੱਛਾ ਲੱਗ ਰਿਹਾ ਮੈਨੂੰ, ਕਿਉਂਕਿ ਪਤਾ ਲੱਗਦਾ ਜਿਸ ਵੇਲੇ ਕਦੇ ਆਈ ਤੇ ਸਮਝੀ ਦੇ ਗੱਲ ਨੂੰ ਕਿ ਕਿੰਨਾ ਕੁਛ ਜਿਹੜੀ ਟਰੱਸਟ ਹੈ ਉਹ ਕਰ ਰਹੀ ਹੈ। ਮੈਂ ਬਹੁਤ ਐਪਰੀਸ਼ੀਏਟ ਕਰਦਾ, ਔਰ ਮੈਂ ਕੇਸ਼ ਭਾਰਤੀ ਜੀ ਨੂੰ ਕਹੂੰਗਾ ਕਿ ਇਸ ਸਾਰੀ ਤੁਹਾਡੇ ਜਿੰਨੀ ਇੰਪਾਰਟਿੰਗ ਆਫ ਐਜੂਕੇਸ਼ਨ ਹੈ ਜਿਹੜੀ, ਇਹਦੇ 'ਚ ਜਿੰਨਾ ਕੁਛ ਤੁਸੀਂ ਕਰ ਰਹੇ ਹੋ ਉਹਦੇ 'ਚ ਕੋਈ ਮੇਰਾ ਯੋਗਦਾਨ ਹੈ ਤਾਂ ਆਈ ਐਮ ਐਟ ਯੋਰ ਡਿਸਪੋਜ਼ਲ ਐਜ਼ ਹੈਲਥ ਮਿਨਿਸਟਰ, ਮੈਂ ਤੁਹਾਡੀ ਡਿਸਪੋਜ਼ਲ 'ਤੇ ਹਾਂ। ਗੱਲ ਕਰ ਰਹੇ ਸੀ ਅਵਾਰਡ ਲਈ ਹੈਲਥ ਦੇ ਬਾਰੇ। ਹੈਲਥ ਇੱਕ ਬੜਾ ਜਿਹੜਾ ਫੀਲਡ ਹੈ ਅੱਜ, ਬਹੁਤ ਮੈਂ ਸਮਝਦਾ ਕਿ ਜਿਹਦੇ 'ਤੇ ਕੰਮ ਕਰਨ ਦੀ ਲੋੜ ਹੈ। ਮੈਂ ਅਤੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਅਸੀਂ ਵਚਨਬੱਧ ਹੈਗੇ ਹਾਂ ਪੰਜਾਬ ਨੂੰ ਇੱਕ ਅੱਛੀ ਸਿਹਤ ਦੇਣ ਦੀ। ਇੱਕ ਐਸੀ ਸਿਹਤ ਜਿੱਥੇ ਬਹੁਤ ਅੱਜ ਕੱਲ੍ਹ ਜਿਸ ਵੇਲੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਅਜੀਬੋ ਗਰੀਬ ਬਿਮਾਰੀਆਂ ਨਾਲ ਜੂਝ ਰਹੇ ਨੇ, ਉਸ ਪੀਰੀਅਡ ਦੇ ਵਿੱਚ ਅਸੀਂ ਇੱਕ ਅੱਛੀ ਹੈਲਥ ਕੇਅਰ ਸਿਸਟਮ ਬਣਾ ਕੇ ਅੱਛੀ ਹੈਲਥ ਕੇਅਰ ਦੇ ਸਕੀਏ, ਇੱਕ ਸਾਡੀ ਸੋਚ ਹੈ। 6-8 ਮਹੀਨੇ ਦਾ ਅਰਸਾ ਹੋਇਆ ਹਾਲੇ ਸਿਰਫ ਟੇਕ ਓਵਰ ਕੀਤੇ ਨੂੰ ਮੈਨੂੰ, ਉਹਦੇ 'ਚ ਮੈਂ ਸਮਝਦਾ ਬੜਾ ਸ਼ੋਰਟ ਪੀਰੀਅਡ ਹੈ ਕਿਸੇ ਵੀ ਵਿਗੜੇ ਹੋਏ 10 ਸਾਲ ਦੇ ਵਿਗੜੇ ਹੋਏ ਹੈਲਥ ਸਿਸਟਮ ਨੂੰ ਠੀਕ ਕਰਨ ਲਈ, ਪਰ ਮੇਰੀ ਕੋਸ਼ਿਸ਼ ਹੈ, ਮੈਂ ਬਹੁਤ ਇਸ ਪਾਸੇ ਮਿਹਨਤ ਕਰ ਰਿਹਾ, ਔਰ ਆਉਣ ਵਾਲੇ ਦਿਨਾਂ 'ਚ ਸਾਡੀ ਮਿਹਨਤ ਦਾ, ਮੇਰੇ ਚੀਫ ਮਿਨਿਸਟਰ ਸਾਹਿਬ ਦਾ ਦਿਸ਼ਾ ਨਿਰਦੇਸ਼, ਸਾਡੇ ਆਪਣੇ ਬਿਲਕੁਲ ਹੀ ਰਿਜ਼ਲਟ ਅੱਛੇ ਦਏਗਾ, ਇੱਕ ਅੱਛੀ ਸਿਹਤ ਹੈਲਥ ਕੇਅਰ ਸਿਸਟਮ ਅਸੀਂ ਪੰਜਾਬ ਨੂੰ ਦਿਆਂਗੇ। ਅਖੀਰ ਦੇ ਵਿੱਚ ਮੈਂ ਸਾਰੇ ਜਿੱਥੇ ਮੈਨੇ ਉੱਚ ਕੋਟੀ ਦੇ ਜਿਹਨਾਂ ਦੀ ਰਕੇਸ਼ ਭਾਰਤੀ ਜੀ ਨੇ ਪਰਲਸ ਕਿਹਾ ਸੀ ਕਿ ਅਸੀਂ ਪਰਲਸ ਚੁਣ ਕੇ ਲਿਆਉਂਦੇ ਹਾਂ, ਉਹਨਾਂ ਪਰਲਸ ਦੇ ਵਿੱਚ ਮੈਨੂੰ ਵੀ ਇੱਕ ਬੈਠਣ ਦਾ ਮਤਲਬ ਛੋਟਾ ਜਿਹਾ ਸਟੋਨ ਹੈ ਸਾਰੀ ਸਟੇਜ 'ਤੇ, ਮੈਨੂੰ ਬੜਾ ਅੱਛਾ ਲੱਗਿਆ। ਮੈਂ ਬਹੁਤ ਮੁਬਾਰਕਬਾਦ ਸਾਰਿਆਂ ਨੂੰ ਦਿੰਦਾ, ਬਹੁਤ ਬਹੁਤ ਧੰਨਵਾਦ, ਜੈ ਹਿੰਦ। आप हमारे चैनल को सब्सक्राइब करें, लाइक करें और शेयर करें और कमेंट जरूर करें।